ਸਸ ਸਗਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਇਸ ਦੇ ਵਿੱਚ ਜਿਹੜੇ ਵੈਕੈਂਸੀਜ਼ ਨੇ ਉਹ ਕਾਫੀ ਵਧੀਆ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸੈਲਰੀ ਵੀ ਬਹੁਤ ਵਧੀਆ ਰਹਿਣ ਵਾਲੀ ਹੈ ਇਸ ਦੇ ਵਿੱਚ ਕਿੱਦਾਂ ਤੁਸੀਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਜ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜਿਹੜਾ ਹੈ ਜਿਉ ਲੈ ਕੇ ਆਂਦਾ ਹੀ ਰਵਾਂਗਾ ਤੇ ਨਾਲ ਦੀ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਡਾਊਨਲੋਡ ਕਰਕੇ ਆਪਣੀ ਤਿਆਰੀ ਜ਼ਰੂਰ ਪੱਕੀ ਕਰ ਲੈਣਾ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਜੇ ਪੋਸਟ ਦੀ ਗੱਲ ਕਰੀਏ ਇੱਥੇ ਤਾਂ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਜੂਨੀਅਰ ਰਿਸਰਚ ਅਸਿਸਟੈਂਟ ਦੀ ਹੈ ਜਿਸ ਦੀ ਤੁਹਾਡੀ ਮੰਥਲੀ ਸੈਲਰੀ 25000 ਪਰ ਪਲੱਸ ਚਾਰੇ ਤੋਂ ਦਿੱਤਾ ਜਾਏਗਾ ਸੱਤ ਪੋਸਟਾਂ ਟੋਟਲ ਆਊਟ ਕੀਤੀਆਂ ਗਈਆਂ ਨੇ ਜਿੰਨਾ ਕੈਂਡੀਡੇਟ ਨੇ ਮਾਸਟਰ ਡਿਗਰੀ ਰਿਮੋਟ ਸੈਂਸਿੰਗ ਜੀਏਐਸ ਮਤਲਬ ਜੀਓ ਇਨਫੋਰਮੈਟਿਕਸ ਔਰ ਮਾਸਟਰ ਡਿਗਰੀ ਰੈਲੇਵੈਂਟ ਸਬਜੈਕਟ ਨਾਲ ਕੀਤੀ ਹੋਈ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਹੈਗਾ ਆਰਐਸ ਔਰ ਜੀਏਐਸ ਦਾ ਤਾਂ ਉਹ ਅਪਲਾਈ ਕਰ ਸਕਦੇ ਨੇ ਰੈਲੇਵੈਂਟ ਅਰਬਨ ਪਲਾਨਿੰਗ ਸਿਵਲ ਇੰਜੀਨੀਅਰਿੰਗ ਕੰਪਿਊਟਰ ਆਈਟੀ ਸਾਇੰਸ ਦਾ ਔਰ ਆਰਕੀਟੈਕਚਰ ਦੀ ਨੌਲੇਜ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਨੇ ਔਰ ਰਿਮੋਟ ਸੈਂਸਿੰਗ ਤੇ ਜੀਏਐਸ ਰਿਲੇਟਡ ਐਪਲੀਕੇਸ਼ਨ ਸੌਫਟਵੇਅਰ 3 9 2022 ਜਿਹੜੀ ਹੈ ਜੀ ਰਹਿਣ ਵਾਲੀ ਹੈ ਨੈਕਸਟ ਹੈ ਕਿ ਪ੍ਰੋਜੈਕਟ ਫੈਲੋ ਦੀ ਪੋਸਟ ਹੈ ਜੀ ਜਿਸ ਦੇ ਵਿੱਚ 12000 ਪਲਸ ਤਨਵੇਸ਼ ਦੇ ਵਿੱਚ ਐਚ ਆਰ ਇਹ ਜਿਹੜਾ ਦਿੱਤਾ ਜਾਏਗਾ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਇਆ ਡਰਾਫਟਮੈਨਸ਼ਿਪ ਸਿਵਲ ਮੈਕੈਨਿਕ ਕੰਪਿਊਟਰ ਸਰਵੇ ਦੀ ਨੌਲੇਜ ਹੈਗੀ ਉਹਨਾਂ ਨੂੰ ਤਾਂ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਔਰ 6 ਮਹੀਨੇ ਦਾ ਸਿਰਫ ਐਕਸਪੀਰੀਅੰਸ ਮੰਗਿਆ ਹੈ ਕੰਪਿਊਟਰ ਦਾ ਡਰਾਫਟਿੰਗ ਟੂਲਸ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੋ ਜਿਨ੍ਹਾਂ ਨੂੰ 6 ਮਹੀਨੇ ਤੋਂ ਘੱਟ ਹੈਗਾ ਐਕਸਪੀਰੀਅੰਸ ਉਹ ਵੀ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ 10000 ਪਰ ਮੰਥ ਸੈਲਰੀ ਜਿਹੜੀ ਹੈ ਜਿਸ ਵਿੱਚ ਦਿੱਤੀ ਜਾਏਗੀ ਸੋ ਇਸ ਦੇ ਵਿੱਚ ਲਾਸਟ ਡੇਟ 30 9 2 ਤੰਦੇ ਦਿੱਤਾ ਜਾਏਗਾ ਇੱਥੇ ਇੱਕ ਪੋਸਟ ਆਊਟ ਕੀਤੀ ਗਈ ਹੈ ਮਾਸਟਰ ਡਿਗਰੀ ਸਾਇੰਸ ਦੇ ਵਿੱਚ ਕੀਤੀ ਹੋਈ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਨੈਕਸਟ ਇਹਦੇ ਲਈ ਵੀ 30 ਤਰੀਕ ਲਾਸਟ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਥੇ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਉਹ ਜੀਆਰਐਫ ਦੀ ਹੈ ਜੋ ਕਿ ਜਾਵਾ ਡਿਵੈਲਪਰ ਦੀ ਹੈ ਜਿਸ ਨੂੰ 25000 ਪਰ ਮਹੀਨ ਸੈਲਰੀ ਰਹੇਗੀ ਚਾਹੇ ਨੇ ਫਰਸਟ ਕਲਾਸ ਬੀਈ ਬੀਟੈਕ ਕੀਤੀ ਹੋਈ ਡਿਗਰੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਐਟਲੀਸਟ 1 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਲੌਜੀਕਲ ਅਤੇ ਪ੍ਰੋਗਰਾਮਿੰਗ ਸਕਿਲਸ ਦੇ ਵਿੱਚ ਤਾਂ ਉਹ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਸੋ 30/9/2022 ਦੀ ਲਾਸਟ ਡੇਟ ਹੈ ਨੈਕਸਟ ਹੈ ਕਿ ਜੀਆਰਐਫ .net ਡ ਇਹਦੇ ਵਿੱਚ 25 ਦਾ ਸੈਲਰੀ ਪਰ ਮੰਥ ਤੁਹਾਡੀ ਰਹੇਗੀ ਔਰ ਇਸ ਦੇ ਵਿੱਚ ਐਸੈਂਸ਼ੀਅਲ ਕੁਆਲੀਫਿਕੇਸ਼ਨ ਫਰਸਟ ਕਲਾਸ ਬੀਈ ਬੀ ਟੈਕ ਮੰਗੀ ਗਈ ਹੈ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਸਾਇੰਸ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ 6 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਸੌਫਟਵੇਅਰ ਡਿਵੈਲਪਮੈਂਟ ਦਾ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਔਰ ਅਪਲਾਈ ਕਰ ਸਕਦੇ ਹੋ ਜੀ ਇਹਦੇ ਲਈ ਵੀ 30 ਨੌਨ ਲਾਸਟ ਡੇਟ ਰਹੇਗੀ ਪ੍ਰੋਜੈਕਟ ਫੈਲੋ .net ਦੀ ਵੀ ਹੈਗੇ ਦੋ ਪੋਸਟਾਂ ਨੇ ਇਹਦੇ ਵਿੱਚ ਵੀ ਸੇਮ ਮੰਗਿਆ ਗਿਆ ਜੀ ਬੀ ਬੀਟੈਕ ਵਾਲੇ ਐਲੀਜੀਬਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਡਾਟਾ ਬੀ 20 ਐਡਮਿਨਿਸਟਰੇਟਰ ਦੀਆਂ ਨੇ ਜਿਸ ਦੇ ਵਿੱਚ 40000 ਤਨਖਾਹ ਲਈ ਰਹੇਗੀ ਇੱਕ ਪੋਸਟ ਹੈ ਬੀ ਬੀਟੈਕ ਜਿਨ੍ਹਾਂ ਨੇ ਕੰਪਿਊਟਰ ਸਾਇੰਸ ਆਈਟੀ ਇਲੈਕਟ੍ਰੋਨਿਕਸ ਵਿੱਚ ਕੀਤੀ ਹੈ ਕਮਿਊਨੀਕੇਸ਼ਨ ਦੇ ਵਿੱਚ ਡਿਵੀਜ਼ਨ ਦੇ ਵਿੱਚ ਔਰ ਐਮ ਐਸ ਸੀ ਕੀਤੀ ਹੈ ਫਰਸਟ ਕ ਕੋਰਸ ਕੀਤਾ ਹੋਇਆ ਠੀਕ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਐਮ ਐਸ ਸੀ ਕੀਤੀ ਹੈ ਫਿਜ਼ਿਕਸ ਮੈਥ ਸਟੈਟਿਕਸ ਦੇ ਨਾਲ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ 60% ਮਾਰਕਸ ਦੇ ਨਾਲ ਜੋ ਕਿ ਇਹਨਾਂ ਨੇ ਲਿਖਿਆ ਹੋਇਆ ਹੈ ਜੀ ਇਸ ਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰੀਏ ਬਾਕੀ ਸਾਰੀ ਡਿਟੇਲ ਜਿੱਥੇ ਮੈਂਸ਼ਨ ਕੀਤੇ ਹੋਏ ਹਨ ਯਾਨੀ ਤੁਸੀਂ ਕਿਦਾਂ ਅਪਲਾਈ ਕਰੋਗੇ ਹਰ ਇੱਕ ਚੀਜ਼ ਉਹਨਾਂ ਨੇ ਲਿਖਿਆ ਹੋਇਆ ਸੋ ਤੁਸੀਂ ਬਾਈ ਪੋਸਟ ਐਂਡ ਅ ਮਿਸ਼ਲ ਈਮੇਲ ਆਈਡੀ ਜੋ ਕਿ ਨ ਲਿਖਿਆ ਹੈ recruitment.prsc@punjabg.gov.in ਤੇ ਪੇਜ ਕਰਦੇ ਹੋ ਸੋ ਤੁਸੀਂ ਜੇ ਡਿਲੇ ਕਰਦੇ ਹੋ ਆਪਣੀ ਐਪਲੀਕੇਸ਼ਨ ਸੈਂਡ ਕਰਨ ਚ ਤਾਂ ਉਹਦੇ ਲਈ ਕੋਈ ਵੀ ਰਿਸਪੌਂਸਿਬਿਲਟੀ ਇਹਨਾਂ ਦੀ ਨਹੀਂ ਹੋਏਗੀ ਹਰ ਇੱਕ ਚੀਜ਼ ਜਿਹਨਾਂ ਨੇ ਮੈਂਸ਼ਨ ਕੀਤੀ ਹੈ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਜਿਹੜਾ ਹੈ ਜੀ ਮਿਨੀਮਲ ਰਿਕੁਆਇਰਮੈਂਟ ਜਿਹੜੇ ਫੁੱਲਫਿਲ ਕਰਦੇ ਨੇ ਠੀਕ ਹੈ ਜੀ ਕੈਂਡੀਡੇਟ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਏਗਾ ਬਾਕੀ ਸਾਰੀ ਡੀਟੇਲ ਪ੍ਰੋਪਰ ਜ਼ਰੂਰ ਭਰਨਾ ਤਾਂਕਿ ਤੁਹਾਨੂੰ ਜਿਹੜੇ ਇਹਦੇ ਲੋ ਕਾਲ ਲੈਟਰਸ ਵਗੈਰਾ ਰੀਸੀਵ ਹੋ ਜਾਣੀਆਂ ਕਾਲ ਆ ਜਾਵੇ ਲਾਸਟ ਡੇਟ ਅਪਲਾਈ ਕਰਨ ਦੀ 30 ਬਾਰਾਂ ਮਹੀਨੇ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸੋ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਜੀ ਉਹ ਦੱਸ ਦਿੰਨਾ ਹੈ ਇਹ ਨੋਟੀਫਿਕੇਸ਼ਨ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਜੋ ਕਿ ਲੁਧਿਆਣਾ ਵਿਖੇ ਪੀਏਯੂ ਕੈਂਪਸ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸੇ ਤਰ੍ਹਾਂ ਤੁਸੀਂ ਅਪਲਾਈ ਕਰਦੇ ਰਹਣਾ ਜਿਹੜੇ ਵੀ ਨੋਟੀਫਿਕੇਸ਼ਨ ਆਣੀਆਂ ਮੈਂ ਤੁਹਾਡੇ ਤੱਕ ਪਹੁੰਚਾਦਾ ਰ੍ਹਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ